ਅੱਜ ਨਿਊਜ਼ ਨੰਬਰ ਦੀ ਟੀਮ ਵੱਲੋਂ ਬਾਜ਼ਾਰ ਦਾ ਦੌਰਾ ਕੀਤਾ ਗਿਆ। ਬਾਜ਼ਾਰ ਵਿੱਚ ਜਿੱਥੇ ਮੂੰਗਫਲੀ, ਰਿਉੜੀਆਂ, ਗੱਚਕ, ਮੱਕੀ ਦੇ ਫੁੱਲੇ ਸੱਜੇ ਹੋਏ ਨਜ਼ਰ ਆਏ, ਉੱਥੇ ਹੀ ਗੰਨੇ ਦੇ ਰਸ ਦੇ ਵੇਲਣੇ ਤੇ ਵੀ ਜ਼ੋਰਾਂ ਨਾਲ ਵਿਕਰੀ ਹੁੰਦੀ ਹੋਈ ਵੇਖੀ ਗਈ। ਇਸ ਬਾਰੇ ਜਦੋਂ ਰੇਹੜੀ ਵਾਲੇ ਨਾਲ ਗੱਲਬਾਤ ਕੀਤੀ ਗਈ ਤਾਂ ਮੂੰਗਫਲੀ ਵੇਚਣ ਵਾਲੇ ਨੇ ਆਖਿਆ ਕਿ ਅਸੀਂ 72 ਵਰਾਈਟੀਆਂ ਲਗਾਈਆਂ ਹਨ, ਜਿਸ ਵਿੱਚ ਕਈ ਪ੍ਰਕਾਰ ਦੀਆਂ ਗੱਚਕ, ਮੂੰਗਫਲੀ, ਰਿਉੜੀਆਂ ਹਨ, ਪਰ ਇਸ ਵਾਰ ਗਾਹਕ ਬਹੁਤ ਘੱਟ ਹਨ। ਸਾਰੇ ਵਰਾਈਟੀਆਂ 72 ਵਰਾਈਟੀ ਹੈ, ਸੰਗਮ ਕਾ ਜਗ੍ਹਾ ਹੈ, ਰੋਬੜੀਆਂ ਹੈ, ਗੁੜ ਕਾ ਜਗ੍ਹਾ, ਕੁਡਮਾ ਕਾ ਜਗ੍ਹਾ, ਲੱਡੂ ਹੈ, ਤਿਲ ਵਾਲੇ ਹੈ, ਖਜੂਰ ਕਾ ਜਗ੍ਹਾ ਹੈ, ਵਰਾਇਟੀ ਬਹੁਤ ਲਗਾਈ ਹੈ, ਮਗਰ ਗਾਹਕ ਬਹੁਤ ਕਮ ਹੈ, ਪੈਸਾ ਬਹੁਤ ਕਮ ਹੈ। ਦੂਜੇ ਪਾਸੇ ਗੰਨੇ ਦੇ ਰਸ ਵੇਚਣ ਵਾਲੇ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਸਨੇ ਦੱਸਿਆ ਕਿ ਅੱਜ ਲੋਹੜੀ ਦੇ ਦਿਨ ਤੇ ਲੋਕ ਰਾਤ ਨੂੰ ਗੰਨੇ ਦੇ ਰਸ ਦੀ ਰੋਹ ਦੀ ਖੀਰ ਅਤੇ ਮਿੱਠੇ ਚਾਵਲ ਬਣਾਉਣ ਦਾ ਸ਼ਗਨ ਕਰਦੇ ਹਨ ਅਤੇ ਸਵੇਰੇ ਸੰਗਰਾਂਦ ਤੇ ਮੰਦਿਰ ਗੁਰਦੁਆਰੇ ਚੜ੍ਹਾਉਂਦੇ ਹਨ। ਭਾਜੀ, ਰੋਹ ਦਾ ਜਿਸ ਤਰ੍ਹਾਂ ਕਿ ਸਾਡੇ ਪੰਜਾਬ ਦਾ ਇੱਕ ਸਗਨ ਹੁੰਦਾ ਆ, ਜਿਸ ਤਰ੍ਹਾਂ ਸਾਗ ਹੁੰਦਾ, ਮੂੰਗਫਲੀ ਹੁੰਦੀ, ਰੇੜੀਆਂ ਹੁੰਦੀਆਂ, ਆਪਣੀਆਂ ਧੀਆਂ ਭੈਣ ਲੋਕ ਜਾਂਦੇ ਆ, ਠੀਕ ਹੈ ਜੀ, ਤੇ ਰੋਹ ਦਾ ਵੀ ਇੱਕ ਸਗਨ ਹੁੰਦਾ ਆ, ਬਹੁਤ ਰਿੱਧੀ ਤੇ ਮਾਂ ਖਾਧੀ, ਰੋਹ ਦੇ ਮਿੱਠੇ ਚਾਵਲ ਬਣਦੇ ਆ ਤੇ ਲੋਕੀ ਰਾਤ ਨੂੰ ਬਣਾਉਂਦੇ ਆ ਤੇ ਸਵੇਰੇ ਖਾਂਦੇ ਆ ਜੀ, ਮੰਦਰਾਂ 'ਚ ਜਾਂਦਾ ਆ ਤੇ ਗੁਰਦੁਆਰਿਆਂ 'ਚ ਜਾਂਦਾ ਜੀ, ਇਹਦਾ ਪ੍ਰਸ਼ਾਦ ਬਣਦਾ ਜੀ, ਬਹੁਤ ਵਧੀਆ ਕੰਮ ਚੱਲ ਰਿਹਾ ਜੀ ਸਾਡਾ, ਬਹੁਤ ਵਧੀਆ।